تو جنت حاصل کرن دا طریقہ دسا میں جنت کیویں مل سی ایک مشورہ دینا چاہنا دعا ذرا ہے میرا یہ نیک مشورہ چاہتا ہے گھر اگر تو کھل دکھا پھر دو زبان پہ یہی صدا علی علی آباد 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 وعدہ ہویا جی زبان ہون تک محبت علی وچ مچل نہیں سکی شیر پیش کرنا چاہنا سن کے ہر زبان دہر دہن دے حسین مطلع تے چن بن کے چمکے شیر میں پیش کرنا ہے بلکہ ذہن دے پردیاں تے نوٹ کر لو شیر پیش کرنا چاہنا ردیف کافیہ نوٹ فرماؤ ورد ہو زبان پہ یہی صدا علی 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 جنگل دے چار آئیں دوپہر دا ٹائم میرے شیر دی پہلی سطر سنی لطف حاصل دوپہر دا ٹائم سلمان نال جنگل چاہ رہے ہیں 90 درجے دی ڈگری تے سورج کھڑا ہے سر تے گرمی دا زور اچانک میرے مولا دے سر تے سایہ بنے ہیں علی خدائی اکھاں دے نال دٹھا سفید پراں والا پرندہ ہے جڑا میرے مولا دے سر تے سایہ بنا یاد ہے علی دے قدم رک گئے ہیں یار علی دے قدم کیا کائنات دیاں نبضاں رک گئی ہیں کائنات دیاں نبضاں تھم گئی ہیں کیونکہ جس دے قدماں دی ناو دے نال کائنات دیاں نبضاں رقص کرن اس نوں علی یادن علی رک گئے ہاتھ ودائے پرندہ کے ہاتھ تے بیٹھا ہے علی دچھا پرندہ جنگل بیابان کیا کھاندا ہے کیا پیندا ہے کیا کھاندا ہے کیا پیندا ہے کیا کھاندا ہے کیا پیندا ہے جنگلاں تیرا دل کیویں لگدا ہے علی جٹھا سلمان حیران ہے تو کیوں حیران ہے مولا مینوں پتہ نہیں پیا لگدا او کے آ دے تساں کے فرما رہے علی فرمایا تینوں سمجھ آسی سمجھ آون لگ پئی مولا ہن سوال کرو سوال کیتا ہے پرندہ میں علی پیا پوچھدا کیا کھاندا ہے کیا پیندا ہے جنگلیں توجہ جنگلیں تیرا دل کیویں لگدا ہے میرے مولا دے پاک ہتھاں تے بیٹھا ہویا پرندہ پر ہلا ہلا کے آواز ہے گل کر یاد ہے جنگلوں میں تیرے نام سے ہے دل لگی کیا کھاندا ہے کیا نام سے ہے دل لگی ہے گزر رہی یوں ہی مزے کی زندگی سارے بولو پھر تو ہو زبان پہ یہی صدا علی علی کیا کھاندا ہے کیا پیندا ہے تیرا دل کیویں لگدا ہے پر ہلا ہلا کے آواز دے کیا دے جنگلوں میں تیرے نام سے ہے دل لگی ہے گزر رہی یوں ہی مزے کی زندگی جنگلوں میں تیرے نام سے اگلی گل ہے گزر رہی اور کیا کہ مزے کی زندگی پیاس میں میں 3 بار پر ہوں مارتا تیرے منکروں پہ لانتے ہوں بیجتا اس طرح نہیں سارے نے ہاتھ بلند کرنے نے نعرہ تکبیر نعرہ رسالت نعرہ حیدری نعرہ حیدری حسینیت سپاہ محمد زندہ باد
ਐਲ ਤੈ ਤੇ ਦੁਸ਼ਮਣਾਂ ਦੇ ਦੇਸ਼ ਮਾਰ, ਤੇ ਜਿਹੜਾ ਨਾ ਕਰੇਗਾ ਉਹਦੇ ਤੇ ਜਿਹਨੂੰ ਗੁੱਸਾ ਲੱਗੇਗਾ ਉਹਦੇ ਤੇ ਡਬਲ, ਤੇ ਨਾਰਾ ਏ ਸਲਵਾਰ। ਸਿਪਾਹੀ ਮੁਹੰਮਦ ਵਾਸਤੇ ਚੰਦਾ ਮੋਮਨੋ ਦੇਣਾ ਹੈਗਾ ਜੇ ਮੇਰੇ ਸਾਥੀ ਆ ਜਾਣ ਤੇ ਲਾਂਗੇ, ਨਾ ਸਾਥੀ ਆਏ ਤੇ ਅੱਗੇ ਅੱਗੇ ਜਿਹੜੀ ਮਦਦ ਹੋਵੇਗੀ ਉਹਦੇ ਤੇ ਦਿਓ, ਤੇ ਘਰੋਂ ਪੁਰ ਹੋ ਕੇ ਆਇਓ। ਟਿਕਟਾਂ ਮਿਲਣੀਆਂ ਜੇ ਚੰਦਨ ਦੀਆਂ, ਜੇ ਲੈਣੀਆਂ ਜੇ ਤੇ ਪੈਸੇ ਦਿਓ ਆਪਣੀ ਪੋਜੀਸ਼ਨ ਦੇ ਮੁਤਾਬਕ। ਆਵਾਜ਼ ਰਹੋ, ਸਲਾਮਤ ਰਹੋ, ਕਿਆ ਖਾਂਦੇ ਤਵਜੋ ਚਾਹਨਾ, ਕਿਆ ਖਾਂਦੇ ਕਿਆ ਪੀਂਦੇ, ਆਵਾਜ਼ ਦੇ ਕੇ ਗੱਲ ਕਰੀ ਆ ਗਏ। ਜੰਗਲੋਂ ਮੈਂ ਤੇਰੇ ਨਾਮ ਸੇ ਹੈ ਦਿਲ ਲਗੀ ਹੈ ਗੁਜ਼ਰ ਰਹੀ ਯੂੰ ਹੀ ਮਜ਼ੇ ਕੀ ਜ਼ਿੰਦਗੀ, ਪਿਆਸ ਮੈਂ ਮੈਂ ਤੀਨ ਬਾਰ ਪਰ ਹੂੰ ਮਾਰਦਾ ਤੇਰੇ ਮੁਨਕਰ ਬਲਾਨ ਤੇ ਹੂੰ ਭੇਜਦਾ ਤਵਜੋ ਹੂੰ ਭੇਜਦਾ, ਭੂਖ ਜਬ ਲਗੇ ਤੋ ਜ਼ੋਰ ਸੇ ਹੂੰ ਬੋਲਤਾ ਅਲੀ ਅਲੀ। ਅੱਲਾ ਮੌਲਾ ਵਾਸਤਾ ਰੱਖੇ ਸਾਰੇ ਬੋਲੋ ਸਾਰੇ ਆਬਾਦ ਰਹੋ। ਇਹ ਪਾਕ ਮਿੰਬਰ ਗਵਾਏ ਪਾਕ ਨਬੀ ਦੀ ਜਬੀਨ ਵਹਿਦਤ ਮਕੀਨ ਤੇ ਚਮਕਣ ਵਾਲੇ ਚੰਨ ਦਾ ਨਾਂ ਅਲੀ। ਸ਼ੇਰ ਪੇਸ਼ ਕਰਨਾ ਹੈ ਮੈਂ ਜਨਾਬ, ਇੱਕ ਖਾਬ ਦਿੱਤਾ ਹੈ, ਉਹ ਖਾਬ ਦੱਸਣਾ ਚਾਹੁੰਦਾ, ਖਾਬ ਵਿੱਚ ਕਿੱਥੇ ਗਿਆ, ਸਫ਼ਰ ਕੀਤਾ ਹੈ, ਸੁੱਤਾ ਖਾਬ ਕਰਦਾ, ਸ਼ੇਰ ਪੇਸ਼ ਕਰਨਾ ਚਾਹੁੰਦਾ। ਖਾਬ ਮੈਂ ਤੋਤ ਮੈਂ ਖੁਲਜ ਮੈਂ ਗਿਆ, ਦੇਖ ਖੁਲਜ ਪਾਕ ਕਾ ਨਿਜ਼ਾਮ ਅਜੀਬ ਥਾ, ਖਾਬ ਮੈਂ ਤੋਤ ਨਿਜ਼ਾਮ ਕਿਆ ਹੈ ਮੈਂ ਗਿਆ, ਦੇਖ ਖੁਲਜ ਪਾਕ ਕਾ ਨਿਜ਼ਾਮ ਅਜੀਬ ਥਾ, ਹਰ ਮਕਾ ਪੇਸ਼ਾਹ ਕਾ ਅਲਮ ਤਾ ਝੂਮਦਾ। ਹਰ ਮਕਾਂ ਪੇਸ਼ਾਹ ਕਾ ਅਲਮ ਤਾ ਝੂਮਦਾ, ਰੋਸ਼ਨੀ ਗਵਾਸ ਤੇ ਅਲੀ ਕਨਾ ਛਪਾ, ਫੂਲ ਕੀ ਹਰ ਇੱਕ ਪੰਖੜੀ ਪੇ ਥਾ ਲਿਖਾ ਅਲੀ ਅਲੀ। ਅੱਲਾ ਮੌਲਾ ਤੁਹਾਨੂੰ ਵਸਤ ਰੱਖੇ, ਸਲਾਮਤ ਰਹੋ। ਇਹ ਪਾਕ ਮਿੰਬਰ ਗਵਾਏ ਜਿਸ ਦੀ ਪਾਕ ਨੀਂਦ ਦੇ ਆਸ਼ਿਕ ਦਾ ਨਾਮ ਅੱਲਾ ਹੋਵੇ ਉਸ ਨੂੰ ਅਲੀ ਆਹਦਿਨ। ਇਹਦਾ ਵੱਡਾ ਬਾਦਸ਼ਾਹ ਅਲੀ ਸਿੰਧੋ ਸਲਾਮਤ ਰਹੋ। ਮੇਰੇ ਸਹਿਮ ਦੇ ਵਿੱਚ ਮੇਰੇ ਤਸਵੋ ਰਾਤ ਦਾ ਨਸ਼ੇ ਮਨ ਹੈ, ਉਹਨਾਂ ਛੋੜਿਆ ਪਰਵਾਸ ਕੀਤਾ, ਨਸ਼ੇ ਮਨ ਪਰਵਾਸ ਪਰਵਾਸ ਕੀਤਾ, ਸਮਾਜ ਚਲੇ ਗਏ, ਜਨਾਬ ਜਬਰੀਲ ਦੇ ਕੋਲ ਸਲਾਮ ਕੀਤਾ, ਉਹਨਾਂ ਕਿਹਾ ਕੌਣ ਹੋ ਸਰ ਜੀ, ਤੁਹਾਡੇ ਮਹਿਮਾਨ ਕਿੱਥੋਂ ਆਏ ਨੇ ਮਹਿਮਾਨ? ਇਹ ਜੀ ਮੌਲਾ ਦਾ ਜ਼ਾਕਰ ਇਜਾਜ਼ ਜਨਵੀ ਉਸ ਦੇ ਤਸਵੋ ਰਾਤ, ਕੀ ਕਰਨਾ ਹੈ ਇੱਥੇ, ਇੱਕ ਸਵਾਲ ਕਰਨਾ ਹੈ, ਕਰੋ ਸਵਾਲ। ਮੇਰੇ ਤਸਵੋ ਰਾਤ ਆ ਦਿਨ ਜਨਾਬ, ਅਸਾਂ ਜਾਹਿਲ ਨਹੀਂ, ਅਲੀ ਦੇ ਗਦਾ ਗਰ ਹਾਂ, ਜਾਣਦੇ ਹਾਂ ਜਨਾਬ ਇਬਰਾਹੀਮ ਦੇ ਮਹਿਮਾਨ ਬਣਨ ਦੇ ਬਾਵਜੂਦ, ਮੇਜ਼ਬਾਨ ਦੇ ਖਾਣਾ ਲੈ ਆਵਣ ਦੇ ਬਾਵਸਤ, ਤੁਸਾਂ ਇਹ ਗੱਲ ਕਰਕੇ ਮੇਜ਼ਬਾਨ ਦਾ ਦਿਲ ਤੋੜਿਆ, ਸਾ ਖਾਂਦੇ ਨਹੀਂ, ਸਾਨੂੰ ਜ਼ਰੂਰਤ ਨਹੀਂ, ਜ਼ਰੂਰਤ ਤੇ ਬਦਨੀਆ ਤੂੰ ਪਾ ਖਾਂ। ਇਹ ਮਹਿਮਾਨ ਜਨਾਬ ਇਬਰਾਹੀਮ ਤੋਂ ਪਹਿਲੇ ਕਦਾਂ ਕਿਸੇ ਨਾ ਰੱਖਿਆ, ਇਹ ਰਵਸ਼ ਉਹਨਾਂ ਚਲਾਈ, ਬਲਕਿ ਕਾਨੂੰਨ ਬਣਾ ਦਿੱਤਾ ਅਗਰ ਖਾਣੇ ਦੇ ਟਾਈਮ ਮਹਿਮਾਨ ਆ ਜਾਏ ਨਾ ਖਾਵੇ ਉਹਦੀ ਮਰਜ਼ੀ, ਲੈ ਆਵਣਾ ਮੇਜ਼ਬਾਨ ਦਾ ਹੱਕ ਹੈ। ਜਨਾਬ ਜਬਰੀਲ ਆਦਮ ਜਾਣਦੇ ਵੀ ਹੋ ਇੱਥੇ ਕਿਆ ਕਰਨ ਆਏ ਹੋ, ਇੱਥੇ ਕਿਆ ਪੁੱਛਣ, ਜਨਾਬ ਪੁੱਛਣ ਆਇਆ ਕੁਝ ਖਾਂਦੇ ਵੀ ਹੈ ਉਹ ਜਾਂ ਨਹੀਂ, ਕਿਆ ਖੁਰਾਕ ਹੈ ਤੁਹਾਡੀ? ਜਨਾਬ ਜਬਰੀਲ ਆਵਾਜ਼ ਦੇ ਕੇ ਤੁਸਾਂ ਪੁੱਛ ਕੇ ਕਿਆ ਕਰਨਾ ਹੈ, ਦੁਨੀਆਂ ਤੇ ਵੈਸਾ ਮੋਮਨ ਦੱਸੇ ਸਾਂ, ਮੋਮਨ ਖੁਸ਼ ਹੋ ਸਨ, ਇਹ ਪਾਕ ਮਿੰਬਰ ਗਵਾਏ ਮੋਮਨਾਂ ਦੀ ਖੁਸ਼ੀ ਦਾ ਨਾਮ ਆਏ, ਜ਼ੇਰ ਲਬ ਮੁਸਕੁਰਾ ਕੇ ਜਨਾਬ ਜਬਰੀਲ ਆਵਾਜ਼ ਦੇ ਕੇ ਆਦਨ, ਜਿਸ ਕਾ ਦੋ ਜਹਾਂ ਮੇ ਹਰ ਕੋਈ ਗੁਲਾਮ ਹੈ, ਯਹਾਂ ਕੇ ਬਾਸੀਓ ਕਾ ਭੀ ਅਲੀ ਇਮਾਮ ਹੈ। ਆਹ 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 ਆਹ
غلام ہے، جس کا دو جہاں میں ہر کوئی غلام ہے، یہاں کے باسیوں کا بھی علی امام ہے، جس کا دو جہاں میں ہر کوئی غلام ہے، لا دوا جو مرض ہے اس کی یہ دوا، منکروں کے واسطے ہے قہر کبریا، ہم فرشتگان کی ہے بس یہی غذا، علی علی